ਪਹਿਲੀ ਵਾਰੀ ਕਰ ਰਹੇ ਹਾਂ, ਇੱਦਾਂ ਦੇ ਕੈਂਪ ਲੱਗਦੇ ਰਹਿਣੇ ਚਾਹੀਦੇ ਆ ਸ਼ਹਿਰ ਦੇ ਵਿੱਚ ਨੌਜਵਾਨਾਂ ਨੂੰ ਮਦਦ ਮਿਲਦੀ ਦੇਖ ਰਹੇ, ਕਿਸੇ ਨੂੰ ਜੋ ਲੋੜ ਆ ਉਹਨੂੰ ਮਦਦ ਮਿਲ ਜਾਂਦੀ ਆ। ਆਪਣੇ ਤੋਂ ਸਿੱਧਾ ਇੰਡਾਇਰੈਕਟਲੀ ਨਹੀਂ ਮੰਗ ਸਕਦਾ, ਪਰ ਇੰਡਾਇਰੈਕਟਲੀ ਆਪਾਂ ਨੂੰ ਲੈ ਲਿਆ ਜਾਂਦਾ ਮਿਲ ਜਾਂਦਾ ਸਰ। ये एक बहुत महान कदम है, एक बहुत श्लाघायोग्य कदम है। मैं हर एक को ये संदेश देना चाहूंगी कि हर एक बंदे को खूनदान करना चाहिए ता जो किसी बीमार बंदे की जिंदगी बचाई जा सके। समाज सेवी बलराज कंबोज की याद दे विच उद्यम एनजीओ एंटी करप्शन ब्यूरो और अतवाद विरोधी फ्रंट के भजनगढ़ क्लब के सांझे उपराले के नाल ਜਲਾਵਾਲ ਹਰ ਕਿਸ਼ਨ ਦੇ ਪੈਲਸ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਔਰ ਇਸ ਕੈਂਪ ਦੇ ਵਿੱਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। 100 ਦੇ ਕਰੀਬ ਨੌਜਵਾਨ ਬਲੱਡ ਆਪਣਾ ਡੋਨੇਟ ਕਰ ਚੁੱਕੇ ਨੇ ਔਰ ਇੰਨੇ ਹੀ ਹੋਰ ਹੋ ਜਾਣਗੇ। ਸੋ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਅਗਲਾ ਕੈਂਪ 18 ਮਾਰਚ ਨੂੰ ਜਲਾਵਾਲ ਅਨਾਜ ਮੰਡੀ ਵਿਖੇ ਕਰਾਇਆ ਜਾ ਰਿਹਾ ਹੈ। ਉਸ ਕੈਂਪ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ